ਸਸਤੀ ਤੋਂ ਸਸਤਾ ਤੇ ਮਾਗੇ ਤੋਂ ਮਾਗਾ ਇਨਸ਼ਾਅੱਲਾ ਨਸਕਾ ਟੋਟਕਾ ਸ਼ੇਅਰ ਕਰੇ ਸਭ ਬੱਕਰੇ ਕੁਰਬਾਨੀ ਦੇ ਕਿੰਜ ਪਾਲਨੇ ਠੀਕ ਹੈ ਤੇ ਆ ਆਪਣਾ ذاتی ਤਜਰਬਾ ਵੀ ਕਾਫੀ ਹੈ ਇਸ ਚ ਬਚਪਨ ਤੋਂ ਲੈ ਕੇ ਤੇ ਹੁਣ ਤਾਂ ਇਹ ਸਮਝ ਪਈਏ ਗੋਟ ਫਾਰਮਿੰਗ ਕੀਤੀ ਤੇ ਸ਼ੌਕ ਨਾਲ ਕੀਤੀ ਤੇ ਜੋਗ ਨਾਲ ਜਿਹੜਾ ਬੱਕਰੇ ਪਾਲਨੇ ਠੀਕ ਹੈ ਇਹ ਵੀ ਮੇਰੇ ذاتی ਬੱਕਰੇ ਠੀਕ ਹੈ ਜਿਹੜੇ ਮੈਂ ਚੈੱਕ ਕਰਾ ਰਿਹਾ ਠੀਕ ਹੈ ਇਹ ਹਾਲ ਦੀ ਪੱਟੇ तकरीबन 8-10 ਮਹੀਨੇ ਦਾ ਇਹ ਬੱਕਰਾ ਮੇਰਾ ਤੇ ਭਾਈ ਜਾਨ ਬੱਕਰੀਆਂ ਦੇ ਬੱਚੇ ਜਾਂ ਬਕਰੇ ਪਾਲ ਕੇ ਲੈ ਉਹਨੇ ਇਤਨਾ ਆਸਾਨ ਕੰਮ ਨਹੀਂ ਨਿਕਲੇ ਇਨਸ਼ਾਅੱਲਾ ਜਿਹੜੇ ਆਸਾਨ ਆਸਾਨ ਨੁਸਖੇ ਟੋਟਕੇ ਤੁਹਾਨੂੰ ਦੱਸਿਆ ਬਈ ਸਸਤੀ ਤੋਂ ਸਸਤੇ ਤੇ ਮਾਗੇ ਤੋਂ ਮਾਗੇ ਨੁਸਖੇ ਸਾਰੇ ਸ਼ੇਅਰ ਕਰੇ ਸਾਂ ਠੀਕ ਹੈ ਤੇ ਕੋਸ਼ਿਸ਼ ਕਰ ਸਕੇ ਘਰੇਲੂ ਨੁਸਖੇ ਟੋਟਕੇ ਜਿਹੜੇ ਨਾ ਉਹ ਗਾ ਦੱਸਿਏ ਤਾਂ ਕਿ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਵੇ ਤੁਹਾਡੇ ਜਾਨਵਰ ਫਰਬੋ ਹੋਵੇ ਠੀਕ ਹੈ ਤੇ ਇਸ ਨਾਲ ਯਾਰ ਸਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੇ ਨੇ ਕੀਤਾ ਤੇ ਵੀਡੀਓ ਚੰਗੀ ਲੱਗੇ ਤੇ ਲਾਜ਼ਮੀ ਲਾਈਕ ਦਾ ਬਟਨ ਦਬਾ ਦੇਣਾ ਭਾਈ ਜਾਨ ਬਕਰਾ ਕੋਈ ਵੀ ਜਿਹੜਾ ਕਮਜ਼ੋਰ ਹੁੰਦਾ ਨਾ ਉਸ ਨੂੰ ਪਹਿਲੇ ਤੇ ਚੈੱਕ ਕਰਨਾ ਵੀ ਉਹਦੇ ਵਿੱਚ ਬਿਮਾਰੀ ਕਿਵੇਂ ਬਿਮਾਰੀ ਦਾ ਜਿਸ ਤਰ੍ਹਾਂ ਤੁਸੀਂ ਪਤਾ ਕਰ ਲਾ ਸਭਾਈ ਸਾਡੇ ਬਕਰੇ ਨੂੰ ਮਸਲਾ ਪਰੇਸ਼ਾਨੀ ਕਿਵੇਂ ਕੀ ਵਜ੍ਹਾ ਜਿਸ ਤੋਂ ਮੋਟਾ ਨਹੀਂ ਹੋ ਰਿਹਾ ਜਿਸ ਤਰ੍ਹਾਂ ਇਹ ਦਨਵਜਾ معلوم ਹੋ ਗਈ ਇਨਸ਼ਾਅੱਲਾ ਬਕਰਾ ਮੋਟਾ ਹੋ ਵਾ ਸੀ ਚੈੱਕ ਕਿ ਉਹ ਕਿ ਕਰਨਾ ਤੁਸੀਂ ਬਕਰੇ ਦਾ ਭਾਈ ਜੀ ਦੀ ਵਜ੍ਹਾ ਤੋਂ ਮੋਟਰ ਨਹੀਂ ਹੋ ਰਿਹਾ ਨੰਬਰ 1 ਬਕਰੇ ਦੇ ਖੋਰ ਜਿਹੜੇ ਨਾ ਉਹ ਚੈੱਕ ਕਰਨ ਉਹ ਤੇ ਨਹੀਂ ਵੱਧੇ ਹੋਏ ਇੱਕ ਗੱਲ ਹੋ ਗਈ ਨੰਬਰ 2 ਗੱਲ ਬਕਰੇ ਦੀ ਲੋਈ ਤੇ ਨਹੀਂ ਭਰੀ ਹੋਈ ਬਕਰਾ ਸਰਦੀ ਦੇ ਜੇ ਟਾਈਮ ਥੋੜੀ ਬਾਲੀ ਸਰਦੀ ਬਣਦੀ ਲਾਪੜੀ ਲੋਈ ਖੱਲੀ ਤੇ ਨਹੀਂ ਕਰਦਾ ਜਾਂ ਹਰ ਦੂਵੇ ਤਰੀਏ ਮੈਨੇ ਬਾਦ ਬਕਰੇ ਦੇ ਮੂੰਹ ਤੇ ਦਾਣੇ ਤੇ ਨਹੀਂ ਬਣਦੇ ਠੀਕ ਹੈ ਅਗਰ ਇਹ ਕੰਮ ਹੈ ਤੇ ਤੁਸੀਂ ਉਸ ਨੂੰ ਟਿਕਟ ਲੈ ਲਵਾ ਲਓ ਡਾਕਟਰ ਕੋਲੋਂ ਨਹੀਂ ਤੇ ਮੇਰੀਆਂ ਵੀਡੀਓ ਪਈਆਂ ਨੇ ਸੁਣ ਕੇ ਰਹਿਨਮਾਈ ਪੂਰੀ ਪੂਰੀ ਹਾਸਲ ਕਰ ਸਕਦੇ ਹੋ ਭਾਈ ਜਾਨ ਕੁਰਬਾਨੀ ਦੇ ਬੱਕਰੇ ਪਾਲਣਾ ਆਸਾਨ ਜਿਹਾ ਕੰਮ ਹੈ ਮੁਸ਼ਕਲ ਨਹੀਂ ਤਕਰੀਬਨ ਹੁਣ ਕੁਰਬਾਨੀ ਨਜ਼ਦੀਕ ਹੈ ਤੇ ਇਸ ਵਾਸਤੇ ਜਿਹੜਾ ਨਾ ਬੱਕਰਿਆਂ ਨਾਲ ਆਪਣੇ ਆਪਣੇ ਨਾਲ ਫਰਬਾ ਕਰਨਾ ਸ਼ੌਕੀਆ ਤੌਰ ਤੇ ਹਰ ਬੰਦੇ ਦਾ ਸ਼ੌਕ ਵੀ ਹੈ ਤੇ ਹਜ਼ੂਰ ਪਾਕ ਦੀ ਸੁਨਨਤ ਵੀ ਹੈ ਕੁਰਬਾਨੀ ਦੇ ਜਾਨਵਰ ਨੂੰ ਸੰਭਾਲ ਕੇ ਰੱਖਣਾ ਉਦੀ اچھی ਪਰਵਰائش ਕਰਨੀ ਹੈ ਚੇਅਰ ਕਰਨੀ ਸ਼ੌਕ ਤਸ਼ੌਕ ਇਹ ਨਾ ਲੇਕਿਨ ਉਹ ਵੀ ਵਾਸਤੇ ਵੀ ਕੁਰਬਾਨੀ ਵਾਸਤੇ ਜਨਵਾਰ ਪਾਲਨਾ ਨਾ ਸਮਝਦਾ ਸਵਾਬ ਹੈ ਬਹੁਤ ਬੜਾ ਠੀਕ ਹੈ ਤੇ ਭਾਈ ਜਾਨ ਇੱਕ صدਕਾ ਜਾਰੀਆ ਮੈਂ ਦਾ ਨਾਲ ਅੱਛੇ ਚ ਨੁਸਖੇ ਟੋਟਕੇ ਸ਼ੇਅਰ ਕਰਦਾ ਤੇ لازمی ਵੀਡੀਓ ਪੂਰੀ ਸੁਣਨੀ ਤੇ ਇਨਸ਼ਾਅੱਲਾ ਮਜ਼ਾ ਆਉਸੀ ਨੰਬਰ 1 ਭਾਈ ਜਾਨ ਬੱਕਰੇ ਜਿਹੜਾ ਨਾ ਕੋਈ ਵੀ ਮੌਸਮ ਹੈ ਉਹਦੇ ਵਿੱਚ ਗੰਨਮ ਦੇ ਦਾਣੇ ਖਲੋ ਗੰਦਮ ਦੇ ਦਾਣੇ ਕਿੰਜ ਖਲਾਉਣੇ ਨੇ ਇਹ ਨਾਲ ਨੁਸਖਾ ਮੈਂ ਦੱਸਦਾ ਗੰਦਮ ਹੁਣ ਮਾਗੀ ਵੀ ਹੈ ਲੇਕਿਨ ਅਗਰ ਦੱਲੀ ਹੋਈ ਲਾਭ ਜਾਵੇ ਤੇ ਉਹ ਵੀ ਠੀਕ ਹੀ ਨਹੀਂ ਤੇ ਆਪ ਖੁਦ ਦਲਾ ਲੈਣੀ ਦੇਸੀ ਲਾਭ ਵੰਜੇ ਗੰਦਮ ਜਾਂ ਖਾਦੂ ਵਾਲੀ ਵੀ ਲਾਭ ਜਾਵੇ ਤੇ ਠੀਕ ਹੈ ਦੇਸੀ ਗੰਦਮ ਜਿਹੜਾ ਉਹਦੇ ਵਿੱਚ ਜ਼ਿਆਦਾ ਪਾਵਰ ਹੁੰਦੀ ਜਿਹੜੀ ਖਾਦੀ ਤੋਂ ਬਗੈਰ ਬਾਰਾਨੀ ਇਲਾਕੇ ਦੀ ਗੰਦਮ ਹੁੰਦੀ ਨਾ ਉਹਦੇ ਵਿੱਚ ਬਾਈ ਜਾਨ ਬਹੁਤ ਜ਼ਿਆਦਾ ਤਾਕਤ ਔਰ ਬਹੁਤ ਜ਼ਿਆਦਾ ਪਾਵਰ ਹੁੰਦੀ ਠੀਕ ਹੈ ਉਹ ਸ਼ਾਮ ਟਾਈਮ ਸਿਰੇ ਦੇਣੀ ਤੇ ਸਵੇਰ ਜਿਹੜਾ ਨਾ ਸਵੇਰ ਟਾਈਮ ਖਿਲਾ ਦੇਣੀ ਠੀਕ ਹੈ ਪਾ ਡੇਡ ਤੋਂ ਸ਼ੁਰੂ ਕਰਨੀ ਤੇ ਸਿਰ ਡੇਡ ਤੇ ਜਿਸ ਟਾਈਮ ਤੁਹਾਡਾ ਬੱਕਰਾ ਅਪੜ ਗਿਆ ਸਿਰ ਡੇਡ ਟਾਈਮ ਦੀ ਖਾਣ ਲੱਗ ਪਿਆ ਤੇ ਫਿਰ ਵਿਖਿਆ ਆਪਣੇ ਬੱਕਰੀ ਦੀ ਰੂਟੀਨ ਜਾਂ ਉਸ ਦਾ ਮਤਲਬ ਜਿਸਮਾਨੀ weight ਠੀਕ ਹੈ ਸਿਰਫ ਗੰਧਮ ਵੀ ਤੁਸੀਂ ਡਾਲ ਸਕਦੇ ਹੋ ਲੇਕਿਨ ਇਹਦੇ ਨਾਲ ਹੋਰ ਚੀਜ਼ਾਂ ਵੀ ਆਣ ਉਹ ਵੀ ਨਾਲ ਸ਼ੇਅਰ ਕਰ ਦਿੰਦੇ ਹਾਂ ਮਜ਼ੀਦ ਤੁਸੀਂ ਗੋੜ ਜਿਹਾ ਤਰਾ ਪੈਸੋ ਇਤਨੀ ਖੁਰਾਕ ਸਮਝੋ ਚੰਗੀ ਬਣ ਸੀ ਤੇ ਗੋੜ ਮਿੱਠ ਹੁੰਦਾ ਸੀ ਨੈਕਸਟ ਨੈਕਸਟ ਬਾਈ ਜਾਨ ਗਰਮੀਆਂ ਦਾ ਸੀਜ਼ਨ ਸਟਾਰਟ ਹੈ ਤਕਰੀਬਨ ਤੇ ਇਸ ਮੌਸਮ ਤੇ ਜਨਵਾਰਾ ਖਾਣਾ ਪੀਣਾ ਬੜਾ ਕੰਮ ਕਰਵਾਉਣ ਦੇ ਕਿਉਂਕਿ ਬਾਰਸ਼ਾਂ ਜਾਂ ਸਰਦੀ ਦੇ ਮੌਸਮ ਵਿੱਚ ਬੱਕਰੇ ਜਿਹੜੇ ਨਾ ਪਾਣੀ ਘਾਟ ਪੀਂਦੇ ਤੇ ਜਾਂ ਗਰਮੀ ਦੇ ਮੌਸਮ ਵਿੱਚ ਵੀ ਬਾਜ਼ੂਕਾ ਜਿਹੜਾ ਨਾ ਜ਼ਿਆਦਾ ਗਰਮੀ ਹੀਟ ਤੇ ਹੋਣ ਦੀ ਵਜ੍ਹਾ ਤੋਂ ਜਨਵਾਰਾ ਪਾਣੀ ਘਾਟ ਪੀਂਦੇ ਤੇ ਜਨਵਾਰ ਲਿਸੇ ਹੋ ਜਾਂਦੇ ਠੀਕ ਹੈ ਕੋਈ ਵੀ ਜਨਵਾਰ ਉਸ ਟਾਈਮ ਕਮਜ਼ੋਰ ਹੁੰਦਾ ਜਿਸ ਟਾਈਮ ਉਹ ਖੁਰਾਕ ਪ੍ਰਾਪਰ ਖਾਂਦਾ ਹੀ ਨਹੀਂ ਜਾਂ ਪਾਣੀ ਜ਼ਿਆਦਾ ਨਹੀਂ ਪੀਂਦਾ ਮਤਲਬ ਰੂਟੀਨ ਤੋਂ ਹਟ ਕੇ ਪਾਣੀ ਘੱਟ ਪੀਂਦੇ ਤੇ ਇਹਦੇ ਵਾਸਤੇ ਅਗਰ ਪਾਣੀ ਜਨਵਾਰ ਨਹੀਂ ਪੀਂਦਾ ਤੇ ਉਹਦੇ ਮੂੰਹ ਤੁਸੀਂ ਜੜਾ ਨਾ ਨਮਕ ਮਾਰੋ ਜਾਂ ਉਹਦੀ ਖੁਰਲੀ ਵਿੱਚ ਨਮਕ ਲਾਜ਼ਮੀ ਇਸਤੇਮਾਲ ਕਰੋ ਨਮਕ ਠੱਡਾ ਵੀ ਹੁੰਦਾ ਹੈ ਤੇ ਉਹਦੇ ਨਾਲ ਜਨਵਾਰ ਜਿਹੜਾ ਨਾ ਉਹ ਮਤਲਬ ਚਰਾਈ ਵੀ ਅੱਛੀ ਕਰਦਾ ਹੈ ਨੈਕਸਟ ਇਹ ਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਗੰਦਮ ਦੇ ਵਿੱਚ ਜਿਹੜਾ ਨਾ ਜਿਹੜੀ ਤੁਸੀਂ ਸੇਣੀ ਉਸ ਦੇ ਵਿੱਚ ਤੁਸੀਂ ਇਸਤੇਮਾਲ ਕਰ ਸਕਦੇ ਹੋ ਪੇਵੇ ਖਾਲ ਬਨੋਲਾ ਜਿਹੜੀ ਹੁੰਦੀ ਉਸ ਦਾ ਪੇਵੇ ਹੁੰਦੇ ਜਾਂ ਖਾਲ ਬਨੋਲਾ ਵੀ ਇਸਤੇਮਾਲ ਕਰ ਸਕਦੇ ਹੋ ਉਹ ਵੀ ਇਸੇ ਤਰ੍ਹਾਂ ਹੀ ਕਿ ਥੋੜੀ ਜਿਹੀ ਮੁੱਠੀ ਤੋਂ ਸ਼ੁਰੂ ਕਰਕੇ ਤੇ ਨਾਲ ਸਕੇ ਵਧਾਈ ਜਾਓ ਜੇ ਕੋਈ ਵੀ ਜਨਵਾਰ ਨੂੰ ਜਿਹੜੀ ਖੁਰਾਕ ਦੇਣੀ ਹੋ ਰੋਟੀ ਨਾਲ ਦੇਣੀ ਉਹਦੇ ਵਿੱਚ ਇੱਕ ਦਿਨ ਵੀ ਤੁਸੀਂ ਥੜਕਾਉਣਾ ਨਹੀਂ ਮਤਲਬ ਇਹ ਜ਼ਾਇਆ ਨਹੀਂ ਕਰਨਾ ਦਿਹਾੜਾ ਕੋਈ ਜਾਂ ਕੋਈ ਟਾਈਮ ਇੱਕ ਦੋ ਮਹੀਨੇ ਅਗਰ ਬੰਦਾ ਸਹੀ ਕਰਕੇ ਪ੍ਰਾਪਰ ਜਨਵਾਰ ਨੂੰ ਸਵੇਰ ਸ਼ਾਮ ਪ੍ਰਾਪਰ ਖੁਰਾਕ ਦੇ ਵਿੱਚ ਜਨਵਾਰ ਦੱਸਦਾ ਹੈ ਮੈਂ ਜਿਹੜਾ ਨਾ ਮਾਲਕਾ ਸਾਹਮਣੇ ਵਾ ਠੀਕ ਹੈ ਲੇਕਿਨ ਮਸਲਾ ਹੈ ਕਿ ਪ੍ਰਾਪਰ ਸੀ ਖੁਰਾਕ ਬਾਜ਼ੁਕਾਤ ਜਨਵਾਰ ਨੂੰ ਨਾ ਦੇ ਦੇ ਇੱਕ ਟਾਈਮ ਦਿੱਤੀ ਦੋ ਟਾਈਮ ਦਿੱਤੀ ਕੋਈ ਨਹੀਂ ਨਾ ਇੰਜ ਨਹੀਂ ਜਿਹੜੀ ਖੁਰਾਕ ਉਹਨੂੰ ਦੇਣੀ ਉਹ ਉਸ ਟਾਈਮ ਉਤੇ ਰੋਜ਼ਾਨਾ ਉਹਨੂੰ ਮਿਲਣੀ ਜ਼ਰੂਰੀ ਠੀਕ ਹੈ ਜਿਸ ਟਾਈਮ ਦਿੰਦੇ ਉਸ ਟਾਈਮ ਤੇ ਉਹਨੂੰ ਮਿਲਣੀ ਜ਼ਰੂਰੀ ਤੇ ਉਸ ਦੀ وجہ ਤੋਂ ਜਨਵਾਰ ਤੁਹਾਡਾ ਮਤਲਬ ਇੱਕ ਇਹ ਜੋ ਵਾਸੀ ਬਈ ਜਿਵੇਂ ਮਾਲਕ ਨੂੰ ਜਨਵਾਰ ਪਸੰਦ ਕਰਦਾ ਜਾਂ ਪਛਾਣ ਲੈਂਦਾ ਉਹ ਟਾਈਮ ਦੇ ਟਾਈਮ ਅਗਰ ਖੁਰਾਕ ਖਾਸੀ ਤੇ ਉਹ ਦੁਆਨਾ ਆਪਣਾ ਮਾਲਕ ਬਿਲਕੁਲ ਪ੍ਰਾਪਰ ਤਸਵਰ ਕਰੇ ਸੀ ਹਰ ਬੰਦੇ ਵਾਲੇ ਪਾਸੇ ਨਾ ਵਾਸੀ ਦੁਆਰ ਨਾਲ ਉਹਦਾ ਕੁਦਰਤੀ ਇੱਕ ਲਗਨ ਔਰ ਪਿਆਰ ਬਣ ਜਾ ਸੀ ਨੈਕਸਟ ਹੈ ਵੀ ਕਿ ਜਿਹੜੇ ਕੁਰਬਾਨੀ ਵਾਲੇ ਬੱਕਰੇ ਨੇ ਉਹਨਾਂ ਨੂੰ ਭਾਈ ਜਾਨ ਤੁਸੀਂ ਹੁਣ ਤੋਂ ਹੀ ਹਾਲਿਆ ਕੋਸ਼ਿਸ਼ ਕਰੋ ਕਿ ਸਟਾਰਟ ਕਰ ਦਿਓ ਹਾਲਿਆ ਕੀ ਦੇਣਾ ਠੀਕ ਹੈ ਤੇ ਕਿੰਨਾ ਦੇਣਾ ਕਿਸ ਟਾਈਮ ਦੇਣਾ ਉਹ ਵੀ ਨਾਲ ਸ਼ੇਅਰ ਕਰ ਦਿਆ ਹਾਲਿਆ ਭਾਈ ਜਾਨ 1 ਕਿਲੋ ਲੈ ਲਓ ਤੁਸੀਂ ਤੇ ਸਮਝੋ 1 ਮਹੀਨਾ ਤੁਹਾਡਾ ਲੱਗ ਵਾ ਸੀ ਸਸਤੀ ਖੁਰਾਕ ਠੀਕ ਹੈ ਹਾਲਿਆ ਨੇ ਤੁਸੀਂ ਪਾਣੀ ਵਿੱਚ ਸੇ ਲਾਣਾ ਕੋਈ ਮਿੱਟੀ ਦਾ ਅਗਰ ਬਰਤਨ ਲਾ ਵਜਣਾ ਜਮਾਉਣਾ ਸ਼ਮਾਉਣਾ ਕਈ ਕਿ ਮਟਕਾ ਉਹਦੇ ਵਿੱਚ ਤੁਸੀਂ ਸੇਲ ਲੈਣਾ ਹਾਲਿਆ ਅਧਕਸਰ ਪਾਣੀ ਨਾਲ ਫੁੱਲ ਭਰ ਦੇਣਾ ਹੈ ਪਾਰ ਕੇ ਵਿੱਚ ਤੁਸੀਂ ਪਾ ਡੇਡ ਜੜਾ ਨਾ ਉਹ ਗੁੜ ਵਗਾ ਲੈਣਾ ਅਧਕਸਰ ਗੁੜ ਨਾਲ ਵਗਾ ਦੇਣਾ ਤੇ ਇਹ ਮਸ਼ਰੂਬ ਇਖਤियार ਹੋ ਜਾਸੀ ਇਹ ਤੁਸੀਂ ਰੋਜ਼ਾਨਾ ਦੀ ਇੱਕ ਰੈਗੂਲਰ ਬੋਤਲ ਜਿਹੜੀ ਸ਼ੀਸ਼ੇ ਦੀ ਹੁੰਦੀ ਉਹਦੇ ਤੋਂ ਸਟਾਰਟ ਕਰੋ ਤਾਂ ਫਿਰ ਵੇਖੋ ਭਾਈ ਬਕਰਾ ਜਿਹੜਾ ਨਾ ਉਹ ਦਾਡਾ ਕਿੰਝ ਮਤਲਬ ਗਰੋਥ ਕਰੇਦਾ ਇਹ ਬੜਾ ਠੱਡਾ ਹੁੰਦਾ ਹੈ ਇਹ ਮਸ਼ਰੂਬ ਇਹ ਸਮਝੋ ਤੁਖ ਮਲੰਗਾ ਐ ਬੱਕਰੀਆਂ ਵਾਸਤੇ ਇਸ ਮਸ਼ਰੂਬ ਨਾਲ ਜਾਨਵਰ ਜਿਹੜਾ ਨਾ ਉਹ ਸੁੱਭਾ ਮਤਲਬ ਪੀ ਲੈਸੀ ਤੇ ਸਾਰੀ ਦਿਹਾੜੇ ਇੱਕ ਤਾਂ ਠੰਡਾ ਰਹਾ ਸੀ ਦੂਸਰੇ ਇੱਕ ਉਹਦੀ ਮੱਲੀ ਬਾਦੀ ਹਰ ਕਿਸਮ ਦੀ ਉਹਦੇ ਅੰਦਰੋਂ ਬਿਮਾਰੀ ਉਹਦੀ ਡੀਵਾਰਮਿੰਗ ਅੰਦਰੂਨੀ ਬਰੂਨੀ ਸਭ ਕੁਝ ਹੋ ਜਾਸੀ ਜੇ ਨਾਲ ਤੁਸੀਂ ਅੰਤਕ ਸਿਰ ਜਮਾ استعمال ਕਰ ਲੈ ਸੋ ਤਾਰਾ ਮੀਰਾ ਤੇ ਇਹ ਸਮਝੋ ਸੋਨੇ ਤੇ ਸੁਹਾਗਾ ਨੁਸਖੇ ਠੀਕ ਹੈ ਇਹ ਦੋਏ ਚੀਜ਼ ਤੁਸੀਂ ਮਿਕਸ ਕਰਕੇ ਜਨਵਾਰ ਨੂੰ ਰੋਜ਼ਾਨਾ ਪ੍ਰਾਪਰ ਇੱਕ ਮਹੀਨਾ ਵੀ ਫਿਲਾ ਲਓ ਨਾ ਤੁਹਾਡਾ ਅਗਲੇ ਮਹੀਨੇ ਜਨਵਾਰ ਜਿਹੜੇ ਨੇ ਉਹ ਖੁਦ ਬਖੁਦ ਰੰਗ ਲਾ ਰੰਗਤ ਵੀ ਕਲੀਅਰ ਕਰ ਵਾਸੀ ਹੈ ਸੋਹਣੀ ਰੰਗ ਉਹਦਾ ਬਣ ਜਾ ਸੀ ਠੀਕ ਹੈ ਇਹ ਦੋ ਨੁਸਖੇ ਦਨ ਬਾਲੀਆਂ ਲੰਮੀਆਂ ਖੁਰਾਕਾਂ देते रवो ठीक है दुआडे छो के जो के द्डा लेकिन मैं कैसा चराई दे नाल या पट्ठिया दे नाल जे दुए नुस्खे भी स्टार्ट करो और अजमाओ और, और अगर एक नुस्खे ठीक ना लगन तो बेशाक चैनल ननसबसक्राइब कर दो ठीक है वीडियो न डिसाइक कर दो ठीक है हाँ जे गल चंकी लगे तो फिर लाजमी जोड़ा ना वो चैनल सबसक्राइब करके कर लाइक का बटन दबा देना ठीक है ਤੇ ਇਹਦੇ ਨਾਲ ਹੀ ਇਜਾਜ਼ਤ ਆ ਸਾ ਆਖਸ ਹੱਸਦੇ ਰਹੋ ਤਵਸਦੇ ਰਹੋ ਅੱਲਾ ਸੋਹਣੇ ਦੇ ਵਾਲੇ